ਸੋ ਇੱਕ ਨਿਊਜ਼ ਅਪਡੇਟ ਆਈ ਹੈ ਇੰਡੀਆ ਤੋਂ ਐਂਡ 8 ਵਜੇ ਦੇ ਅਪ੍ਰੋਕਸੀਮੇਟਲੀ ਇੱਕ ਪਟਾਕਾ ਪਾਤਾ ਆਰਬੀਆਈ ਨੇ ਸੋ ਦੇ ਹੈਵ ਮੇਡ ਅ ਸਰਕੂਲੇਸ਼ਨ ਕਿ 2000 ਰੁਪੀਸ ਦੇ ਜਿਹੜੇ ਨੋਟ ਨੇ ਦੇ ਆਰ ਬੀਂਗ ਸਟਾਪ ਫॉर ਸਰਕੂਲੇਟਿੰਗ ਉਸ ਤੋਂ ਹੁਣ ਤੋਂ ਬਾਅਦ ਉਹ 2000 ਦੇ ਨੋਟ ਮਾਰਕੀਟ ਵਿੱਚ ਨਹੀਂ ਆਣਗੇ 2000 ਰੁਪੀਸ ਦੇ ਨੋਟ ਤੇ ਇਸ ਸਰਕੂਲੇਸ਼ਨ ਦਾ ਰੀਜ਼ਨ ਇਹ ਹੈ ਕਿ ਬਿਕਾਜ਼ ਉਹਨਾਂ ਨੇ ਇਹ ਕਿਹਾ ਕਿ ਲੀਗਲੀ ਤਾਂ ਟੈਂਡਰ ਰਹਿਣਗੇ ਬਟ ਯੂ ਹੈਵ ਅ ਡੇਟ 23 ਮਈ ਤੋਂ ਲੈ ਕੇ ਤੇ थर्टियथ सपटेंबर तक यू हैव टू गो टू द बैंक्स एंड जेद्दे को करंसी हैगी है टू थाउजेंड रुपीज़ वाली सो यू हैव टू गो एंड एक्सचेंज इट एंड वैसे लीगली टेंडर रहने गू कैन गो एंड स्टिल शॉप और मेक ट्रांजेक्शन फॉर of this 2000 rupees note but legally hun aane band ho jange because government da manna hai ki bahut vadda note hai te edi zyada utilization hundi nahi si na ate zyada transactions hundiyan si giyan te e zyada tar unna ne e vi likhya news vich ke 4 saala tak RBI di report de saal unna ne e note print hi nahi si ki te because it's very rarely used so you have ਟੂ ਗੋ ਟੂ ਦ ਬੈਂਕਸ ਐਂਡ ਇੱਕ ਚੀਜ਼ ਇੱਕ ਹੋਰ ਕੁੰਡੀ ਪਾਈ ਹੈ ਉਹਨਾਂ ਨੇ ਕਿ ਯੂ ਹੈਵ ਓਨਲੀ ਅਗਰ ਜੇ ਤੁਸੀਂ 1 ਲੱਖ ਰੁਪਏ ਚੇਂਜ ਕਰਾਣਾ ਹੈ ਸੋ ਤੁਹਾਨੂੰ 20000 ਮੈਕਸਿਮਮ ਚੇਂਜ ਕਰ ਸਕਦਾ ਹੈ ਬੈਂਕ 500 ਤੇ 1000 ਰੁਪੀਸ ਦੇ ਵਿੱਚ ਬਿਕੋਜ਼ ਅ ਇਹ ਉਹਨਾਂ ਦੇ ਲਈ ਇੱਕ ਇੱਕ ਕੰਡੀਸ਼ਨ ਲਗਾਤੀ ਕਿ 20000 ਤੋਂ ਉੱਪਰ ਨਹੀਂ ਹੋ ਸਕਦਾ ਸੋ ਯੂ ਹੈਵ ਟੂ ਗੋ 5 ਟਾਈਮਸ ਟੂ ਦ ਬੈਂਕ ਇਫ ਯੂ ਵਾਂਟ ਟੂ ਐਕਸਚੇਂਜ 1 ਲੱਖ ਰੁਪੀਸ ਸੋ ਇਹ ਨਵੀਂ ਅਪਡੇਟ ਆਈ ਹੈ ਅਰਾਊਂਡ 8 ਵਜੇ ਦੇ ਹਿਸਾਬ ਨਾਲ ਆਰਬੀਆਈ ਨੇ ਅਪਡੇਟ ਦਿੱਤੀ ਹੈ ਇਨ ਪਟਾਕਾ ਪੈ ਗਿਆ ਸੋ